ਧੌਲਾ ਧਾਰ ਦੀਆਂ ਹਸੀਨ ਵਾਦੀਆਂ ਦੇ ਵਿੱਚ ਝਮਰੋੜ ਪੱਤਣ, ਜਿਸ ਨੂੰ ਮਿੰਨੀ ਗੋਆ ਦੇ ਨਾਮ ਨਾਲ ਵੀ ਜਾਣਿਆ ਜਾਂਦਾ, ਜਿੱਥੇ ਕਿ ਇਸ ਸਮੇਂ ਸੈਲਾਨੀਆਂ ਦੀ ਜਿਹੜੀ ਆਮਦ ਜਿਹੜੀ ਆ ਲਗਾਤਾਰ ਵੱਧਦੀ ਪਈ ਹੈਗੀ ਆ। ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੈਗੇ ਹੋ ਇੱਕ ਖੂਬਸੂਰਤ ਨਜ਼ਾਰਾ, ਔਰ ਸੈਲਾਨੀਆਂ ਦੀ ਤੁਸੀਂ ਆਮਦ ਦੇਖ ਸਕਦੇ ਹੈਗੇ ਹੋ ਲਗਾਤਾਰ ਵੱਧਦੀ ਪਈ ਹੈਗੀ ਆ। ਸਰਕਾਰਾਂ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਕਿ ਇੱਥੇ ਕਰੋੜਾਂ ਰੁਪਏ ਲਗਾਏ ਜਾਣਗੇ ਔਰ ਇਸ ਨੂੰ ਹੋਰ ਵੀ ਵਧੀਆ ਜਿਹੜਾ ਟੂਰਿਸਟ ਪਲੇਸ ਜਿਹੜਾ ਬਣਾਇਆ ਜਾਏਗਾ। ਲੇਕਿਨ ਜਦ ਲੋਕਾਂ ਦੇ ਨਾਲ ਸਾਡੀ ਗੱਲਬਾਤ ਹੋਈ ਤਾਂ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ, ਪ੍ਰਸ਼ਾਸਨ ਨੂੰ ਇਸਦਾ ਰੈਵਨਿਊ ਤੇ ਆ ਰਿਹਾ, ਲੇਕਿਨ ਲੋਕਾਂ ਨੂੰ ਹਜੇ ਵੀ ਸੁਵਿਧਾਵਾਂ, ਜਿਸ ਤਰ੍ਹਾਂ ਵਾਸ਼ਰੂਮ ਦੀ ਗੱਲ ਕਰੀਏ, ਔਰਤਾਂ ਲਈ ਕਾਫੀ ਮੁਸ਼ਕਲ ਹੋ ਰਹੀ ਹੈ। ਜਿੱਥੇ ਇਸ ਨੂੰ ਗੁਲਜ਼ਾਰ ਕੀਤਾ ਜਾ ਰਿਹਾ, ਇਸ ਨੂੰ ਕਾਫੀ ਵਧੀਆ ਬਣਾਇਆ ਜਾ ਰਿਹਾ, ਉੱਥੇ ਹੀ ਉਹਨਾਂ ਨੇ ਸਹੂਲਤਾਂ ਦੀ ਵੀ ਗੱਲ ਕੀਤੀ ਹੈ। ਸਰਕਾਰਾਂ ਵੱਲੋਂ 600 ਤੋਂ 700 ਕਰੋੜ ਰੁਪਇਆ ਲਗਾ ਕੇ ਇਸ ਨੂੰ ਹੋਰ ਵਿਕਸਿਤ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਕਿ ਇਸ ਨੂੰ ਅੱਛਾ ਜਿਹੜਾ ਟੂਰਿਸਟ ਹੱਬ ਜਿਹੜਾ ਬਣਾਇਆ ਜਾ ਸਕੇ। ਬੇਸਿਕਲੀ ਪੰਜਾਬ ਨੂੰ ਸਿਰਫ ਰਿਲੀਜੀਅਸ ਟੂਰਿਜ਼ਮ ਦਾ ਰੂਪ 'ਚ ਪ੍ਰੋਜੈਕਟ ਕੀਤਾ ਗਿਆ ਸੀ ਪਿਛਲੇ ਸਮੇਂ ਦੇ ਦੌਰਾਨ, ਉਹ ਵੀ ਸਾਡੇ ਕੋਲ ਬੜਾ ਵੱਡਾ ਸਰਮਾਇਆ ਆ ਜਿਹੜਾ ਸਾਡਾ ਰਿਲੀਜੀਅਸ ਟੂਰਿਜ਼ਮ ਹੈਗਾ। ਪਰ ਨਾਲ ਦੀ ਨਾਲ ਪੰਜਾਬ ਦੇ ਵਿੱਚ ਜਿਹੜਾ ਆ ਐਕਚੁਅਲੀ ਟੂਰਿਜ਼ਮ ਜਿਹੜਾ ਹੈਗਾ ਆ ਉਹਦੇ ਵੱਲ ਵੀ ਕਾਫੀ ਵੱਡੇ ਰੂਟ ਮੈਪ ਤੈਅ ਕੀਤੇ ਗਏ ਆ। ਸੋ ਸੇਸ ਤੌਰ 'ਤੇ ਪਠਾਨਕੋਟ ਦੇ ਅੰਦਰ ਜਿਹੜਾ ਸਾਡਾ ਝਮਰੋੜ ਆ, ਜਿਹਨੂੰ ਮਿੰਨੀ ਗੋਆ ਵੀ ਕਹਿੰਦੇ ਆ, ਜਾਂ ਸਮੁੱਤਾ ਚੀਨ ਡੈਮ ਦਾ ਧਾਰ ਦਾ ਏਰੀਆ, ਇਹ ਬਹੁਤ ਸ਼ਾਨਦਾਰ ਬਿਊਟੀ ਇਸ ਮਤਲਬ ਪਾਸੇ ਈਕੋ ਟੂਰਿਜ਼ਮ ਨੂੰ ਲੈ ਕੇ ਕਾਫੀ ਗਿਣਤੀ ਦੇ ਵਿੱਚ ਜਿਹੜੇ ਇਨਵੈਸਟਰ ਉਹ ਆਏ ਨੇ ਬਾਹਰੋਂ। ਸੋ ਤਿਆਰੀਆਂ ਚੱਲ ਰਹੀਆਂ ਨੇ ਪਠਾਨਕੋਟ ਨੂੰ ਇੱਕ ਬਹੁਤ ਹੀ ਮਤਲਬ ਮੈਂ ਸਮਝਦਾ ਵੀ ਹਿਸਟੋਰੀਕਲ ਇੱਕ ਜਿਹੜੀ ਉਹ ਚੀਜ਼ ਮਿਲਣੀ ਜਾ ਰਹੀ ਆਉਣ ਵਾਲੇ ਸਮੇਂ 'ਚ ਜਿਹੜਾ ਟੂਰਿਜ਼ਮ ਨੂੰ ਲੈ ਕੇ ਹੈਗੀ ਆ। ਸੋ ਇਹਦੇ ਉੱਤੇ ਵੱਡੇ ਕੰਮ ਸਰਕਾਰ ਦੇ ਵਿਚਾਰਧੀਨ। ਪੁਨੀਤ ਪਿੰਟਾ ਜੀ, ਇੱਥੇ ਪਿੰਟਾ ਜੀ ਤੁਸੀਂ ਝਮਰੋੜ ਪਤਨ ਆਏ ਹੈਗੇ ਜੀ, ਕੀ ਕਹਿਣਾ ਇਸ ਬਾਰੇ, ਕੀ ਹਾਲਾਤ ਨੇ ਇੱਥੇ ਦੇ, ਕੀ ਖੂਬਸੂਰਤੀ ਹੈ ਤੁਹਾਡੀ? ਦੇਖੋ ਪਹਿਲੇ ਤਾਂ ਮੈਂ ਤੁਹਾਨੂੰ ਦੱਸਦਾ ਕਿ ਸਾਡੇ ਪਠਾਨਕੋਟ ਦਾ ਇੱਕ ਬਹੁਤ ਹੀ ਖੂਬਸੂਰਤ ਏਰੀਆ, ਜਿਹਦੇ ਇੱਕ ਸਾਈਡ 'ਤੇ ਸਾਡੇ J&K ਦਾ ਬਾਰਡਰ ਲੱਗਦਾ, ਇੱਕ ਸਾਈਡ 'ਤੇ ਹਿਮਾਚਲ ਦਾ, ਔਰ ਅਸੀਂ ਸੈਂਟਰ ਦੇ ਵਿੱਚ, ਦੋ ਬਾਇਆ ਮੀਡੀਆ ਸਮਝ ਲਓ ਕਿ ਦੋ ਸਟੇਟਾਂ ਦੇ ਵਿੱਚ ਅਸੀਂ ਪਠਾਨਕੋਟ ਦੇ ਲੋਕ ਬੈਠੇ ਹਾਂ। ਔਰ ਇੱਥੇ ਜਿਹੜਾ ਵੇਖਿਆ ਜਾਏ ਬਿਜ਼ਨਸ ਦੇ ਲਿਹਾਜ਼ ਨਾਲ, ਪੈਸੇ ਕਿਸੇ ਟਾਈਮ ਦੇ ਵਿੱਚ ਟਿੰਬਰ ਮਾਰਕੀਟ ਹੁੰਦੀ ਸੀਗੀ, ਤੇ ਕਾਫੀ ਇੱਥੇ ਬਿਜ਼ਨਸ ਦੇ ਜਿਹੜੇ ਸੀਗੇ ਲੱਕੜ ਦੇ ਵਪਾਰੀਆਂ ਲਈ ਕਾਫੀ ਅੱਛਾ ਕੰਮ ਸੀ। ਲੇਕਿਨ ਜਿਉਂ ਜਿਉਂ ਜੰਗਲਾਤਾਂ ਦੇ ਘਟ ਕੇ ਫੋਰੈਸਟ ਦੀ ਕਟਿੰਗਸ ਨੂੰ ਬੈਨ ਕਰ ਦਿੱਤਾ ਗਿਆ, ਤੇ ਨਾ ਹੁਣ ਸਾਡੇ ਪਠਾਨਕੋਟ ਦੇ ਏਰੀਆ ਵਿੱਚ ਸਿਰਫ ਇੱਕ ਟੂਰਿਜ਼ਮ ਰਹਿ ਗਿਆ ਕਿ ਜਿਹੜੀ ਸਾਡੀ ਇਹ ਬਹੁਤ ਹੀ ਖੂਬਸੂਰਤ ਰਣਜੀਤ ਸਾਗਰ ਦੀ ਲੇਕ ਹੈ ਜੋ ਕਿ 27 ਕਿਲੋਮੀਟਰ ਦੇ ਵਿੱਚ ਫੈਲੀ ਹੋਈ ਹੈ, ਜਿਹਨੂੰ J&K ਹਿਮਾਚਲ ਅਤੇ ਪੰਜਾਬ ਦਾ ਜਿਹੜਾ ਏਰੀਆ ਉਹ ਫੀਡ ਕਰਦਾ ਹੈਗਾ ਰਾਵੀ ਰਿਵਰ ਦੇ ਉੱਤੇ। ਨਾਲ ਅਸੀਂ ਬੜਾ ਜ਼ੋਰ ਲਗਾਇਆ ਕਿ ਇਹਨੂੰ, ਇਸ ਇਲਾਕੇ ਨੂੰ ਉਭਾਰਿਆ ਜਾਏ, ਅਤੇ ਪਿਛਲੀ ਸਰਕਾਰਾਂ ਦੇ ਵਿੱਚ ਵੀ ਅਸੀਂ ਇਹਨੂੰ ਇੰਟਰਨੈਸ਼ਨਲ ਟੂਰਿਜ਼ਮ ਹੱਬ ਅਨਾਊਂਸ ਕਰਾਇਆ, ਅਤੇ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਅੱਛੇ ਲੈਵਲ ਦੇ ਉੱਤੇ ਇੱਥੇ ਟੂਰਿਜ਼ਮ ਪ੍ਰੋਜੈਕਟ ਹੋਰ ਵੀ ਆ ਰਹੇ ਨੇ, ਉਹਦੇ ਨਾਲ ਸਾਡੇ ਇਲਾਕੇ ਨੂੰ, ਸਾਡੇ ਲੋਕਾਂ ਨੂੰ ਰੋਜ਼ਗਾਰ ਦਾ ਇੱਕ ਬਹੁਤ ਅੱਛਾ ਮੌਕਾ ਵੀ ਮਿਲੇਗਾ, ਪਰ ਖਾਸ ਕਰਕੇ ਧਾਰ ਬਲਾਕ ਨੂੰ, ਕਿਉਂਕਿ ਕੰਢੀ ਏਰੀਆ ਹੋਣ ਕਰਕੇ ਇੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਇੰਡਸਟਰੀ ਨਹੀਂ ਸੀ, ਅਤੇ ਬੇਰੋਜ਼ਗਾਰ ਲੋਕ ਸੀਗੇ, ਗਰੀਬ ਲੋਕ ਸੀਗੇ, ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਇੱਥੇ ਰੋਜ਼ਗਾਰ ਦਾ ਕਿਸੇ ਵੀ ਸਰਕਾਰ ਨੇ ਕੋਈ ਜ਼ਰੀਆ ਨਹੀਂ ਦਿੱਤਾ। ਇੱਕ ਟੂਰਿਜ਼ਮ ਇੰਡਸਟਰੀ ਕਿਹੋ ਜਿਹੀ ਇੰਡਸਟਰੀ ਉੱਭਰ ਕੇ ਆਈ ਹੈ ਜਿਹਦੇ ਨਾਲ ਇੱਥੋਂ ਦੇ ਲੋਕਾਂ ਨੂੰ, ਇੱਥੋਂ ਦੇ ਕਿਸਾਨਾਂ ਨੂੰ, ਇੱਥੋਂ ਦੀ ਆਮ ਪਬਲਿਕ ਨੂੰ ਜਿਹੜਾ ਇੱਕ ਰੋਜ਼ਗਾਰ ਦਾ ਵੀ
ਜਿਹੜਾ ਜ਼ਰੀਆ ਮਿਲੇਗਾ ਉਹਦੇ ਨਾਲ ਨਾਲ ਉਹ ਆਪਦੇ ਪੈਰਾਂ 'ਤੇ ਵੀ ਸਟੈਂਡ ਹੋ ਸਕਦੇ ਆ ਔਰ ਆਪਣੇ ਆਉਣ ਵਾਲੇ ਜਿਹੜੀ ਸਮੇਂ ਹੈ ਔਰ ਆਪਣੀ ਦਿਨ ਚਰਿਆ ਉਹਨੂੰ ਚੰਗੇ ਤਰ੍ਹਾਂ ਨਾਲ ਬਿਤਾਉਣ ਦਾ ਉਹਨਾਂ ਨੂੰ ਸਮਰਥਨ। ਮੇਰਾ ਨਾਮ ਦਿਨੇਸ਼ ਕੁਮਾਰ ਜੀ, ਮੈਂ ਫਗਵਾੜਾ 'ਚ ਆਇਆ ਹਾਂ। ਮੈਂ ਪਹਿਲੀ ਵਾਰ ਆ ਰਹਾ ਹਾਂ ਗੋਆ, ਮਿਨੀ ਗੋਆ ਮੇ। ਦੇਖੋ ਮੇਰੇ ਗੈਸਟ ਰੈਲੇਟਿਵ ਹੈ, ਯਹਾਂ ਪੇ ਪਠਾਨਕੋਟ ਮੇ ਰਹਿਤੇ ਹੈ। ਪਹਿਲੀ ਵਾਰ ਹਮੇ ਲੈ ਕੇ ਆਏ ਹੈਗਾ, ਬਹੁਤ ਅੱਛਾ ਹੈ, ਬੜਾ ਅੱਛਾ ਰਿਸਪੋਂਸ ਹੈ। ਗਵਰਨਮੈਂਟ ਕੋ ਔਰ ਡਿਵੈਲਪਮੈਂਟ ਕਰਨੀ ਚਾਹੀਏ ਇਸਕੇ ਲੀਏ, ਸਰਕਾਰ ਕੋ ਲੋਕਾਂ ਕੋ ਰੁਜ਼ਗਾਰ ਮਿਲੇਗਾ, ਲੋਕ ਜ਼ਿਆਦਾ ਜ਼ਿਆਦਾ ਯਹਾਂ ਪੇ ਆਏਗੇ, ਅੱਛਾ ਮਾਹੌਲ ਬਣੇਗਾ ਇੱਕ ਸਭ ਜਨਤਾ ਕੇ ਲੀਏ, ਪਠਾਨਕੋਟ ਵਾਸੀਓ ਕੇ ਲੀਏ, ਬਾਹਰ ਕੇ ਆਉਣ ਵਾਲੇ ਅੰਮ੍ਰਿਤਸਰ ਲੋਕ ਜੋ ਆਤੇ ਹੈ ਮਿਨੀ ਗੋਆ ਮੇ ਜ਼ਰੂਰ ਵਿਜ਼ਿਟ ਕਰੇ। ਬਹੁਤ ਅੱਛਾ ਐਕਸਪੀਰੀਅੰਸ ਰਹਾ, ਬਹੁਤ ਅੱਛੇ ਲੋਕ ਹੈ ਯਹਾਂ ਪੇ, ਵੈਰੀ ਗੁੱਡ। ਮੇਰਾ ਨਾਮ ਸਰ ਹਰਦੀਪ ਸਿੰਘ ਹੈ, ਮੈਂ ਪਠਾਨਕੋਟ ਤੋਂ ਹਾਂ। ਮੈਂ ਪਹਿਲੇ ਵੀ ਇੱਥੇ ਆ ਚੁੱਕਾ, ਜਦੋਂ ਮੇਰੇ ਗੈਸਟ ਵੀ ਆਉਂਦੇ ਆ ਵੀ ਮੈਂ ਚਲੋ ਇੱਥੇ ਇਹਨਾਂ ਨੂੰ ਲੈ ਕੇ ਆਉਂਦਾ, ਬਹੁਤ ਵਧੀਆ ਲੱਗਦਾ ਅਤੇ ਬਹੁਤ ਵਧੀਆ ਸਰਕਾਰ ਦਾ ਉਪਰਾਲਾ ਵੀ, ਚਲੋ ਵਧੀਆ। ਬਾਕੀ ਫਿਰ ਵੀ ਥੋੜ੍ਹਾ ਇਹਨੂੰ ਡਿਵੈਲਪਮੈਂਟ ਜਿਹੜੀ ਕਿ ਵਧੀਆ ਹੋਵੇ ਅਤੇ ਵਧੀਆ ਵਾਸਤੇ ਬਹੁਤ ਵਧੀਆ ਗੱਲ ਹੈ। ਟੂਰਿਸਟ ਪਲੇਸ 'ਚ ਸਾਡੇ ਲਾਗੇ ਪਠਾਨਕੋਟ 'ਚ ਹੋਰ ਕੋਈ ਹੈ ਹੀ ਨਹੀਂ ਆ, ਨੇੜੇ ਹੀ ਆ ਸਾਡੇ ਕੋਲ, ਇਸ ਕਰਕੇ ਨਾ ਰੋਜ਼ਗਾਰ ਮਿਲੇਗਾ। ਧਰਮਸ਼ਾਲਾ ਵੀ ਦੂਰ ਪੈਂਦਾ, ਡਰੋਜੀ ਵੀ ਉੱਥੋਂ 60-70 ਕਿਲੋਮੀਟਰ ਦੂਰ ਹੈ। ਇਹ ਲੋਕਲ ਸਾਨੂੰ ਵਧੀਆ, ਕਿਉਂਕਿ ਬੰਦਾ ਦਿਨ ਵਿੱਚ ਸਾਹ ਦਿਹਾੜੀ 2 ਘੰਟੇ ਘੁੰਮ ਕੇ ਬੰਦਾ ਆਪਣੇ ਘਰ ਚਲ ਜਾਂਦਾ। ਬਹੁਤ ਵਧੀਆ ਸਰ। ਮੇਰਾ ਨਾਮ ਭਾਰਤੀ ਸ਼ਰਮਾ ਜੀ। ਅਸੀਂ ਜੀ ਚਮਰੋੜ ਮਿਨੀ ਗੋਆ ਨਾਮ ਤੋਂ ਜੋ ਬਹੁਤ ਮਸ਼ਹੂਰ ਹੈਗਾ, ਫੇਮਸ ਹੈ ਕਾਫੀ, ਘੁੰਮਣ ਲਈ ਆਏ ਹਾਂ। ਬਹੁਤ ਅੱਛਾ ਲੱਗ ਰਿਹਾ, ਵਧੀਆ ਪਲੇਸ ਹੈ, ਬਟ ਥੋੜ੍ਹੀ ਹੋਰ ਥੋੜ੍ਹੀ ਡਿਵੈਲਪਮੈਂਟ ਦੀ ਥੋੜ੍ਹੀ ਲੋੜ ਹੈ ਤਾਂ ਕਿ ਲੋਕ ਹੋਰ ਵੀ ਆਉਣ ਘੁੰਮਣ ਫਿਰਨ, ਥੋੜ੍ਹਾ ਵਧੀਆ ਲੱਗੇ ਲੋਕਾਂ ਨੂੰ। ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਜੀ ਦੇ ਸਰਪ੍ਰਸਤੀ ਦੇ ਥੱਲੇ ਇਸ ਜਗ੍ਹਾ ਨੂੰ ਡਿਵੈਲਪ ਕਰਨ ਦੀ ਕੋਸ਼ਿਸ਼ ਕਰ ਰਹੀ ਆ, ਅਤੇ ਮੈਂ ਉਹਨਾਂ ਨੂੰ ਪੂਰੀਆਂ ਸ਼ੁਭਕਾਮਨਾਵਾਂ ਦਿੰਦਾ ਵਾਂ ਕਿ ਇਸ ਜਗ੍ਹਾ ਨੂੰ ਬਹੁਤੇ ਤੋਂ ਬਹੁਤਾ ਡਿਵੈਲਪ ਕਰੋ, ਕਿਉਂਕਿ ਗੋਆ ਜਾਣਾ ਇੰਨਾ ਸੌਖਾ ਨਹੀਂ ਹੈਗਾ ਅਤੇ ਬਾਕੀ ਦੇ ਜਿਹੜੇ ਹਿੱਲ ਸਟੇਸ਼ਨ ਹੈਗੇ ਧਰਮਸ਼ਾਲਾ ਅਤੇ ਡਲਹੌਜ਼ੀ ਉਹ ਦੂਰ ਹੈਗੇ ਆ, ਅਤੇ ਪਠਾਨਕੋਟ ਅਤੇ ਪੰਜਾਬ ਵੱਸ ਕੇ ਇੱਕ ਨਵੀਂ ਡੈਸਟੀਨੇਸ਼ਨ ਹੈਗੀ ਆ ਜਿੱਥੋਂ ਸਾਨੂੰ ਰੋਜ਼ਗਾਰ ਵੀ ਮਿਲ ਸਕਦਾ ਅਤੇ ਇੱਧਰ ਦੀ ਆਬੋ ਹਵਾ ਬੜੀ ਅੱਛੀ ਹੈਗੀ ਆ। ਅਤੇ ਮੈਂ ਇਹੀ ਮਾਣ ਕਰਦਾ ਵਾਂ ਕਿ ਇਹ ਸਰਕਾਰ ਇਸ ਜਗ੍ਹਾ ਨੂੰ ਗੋਆ ਦੀ ਤਦਾਦ 'ਤੇ ਡਿਵੈਲਪ ਕਰੇ ਤਾਂ ਕਿ ਇਹ ਪਠਾਨਕੋਟ ਦਾ ਨਾਮ ਰੌਸ਼ਨ ਕਰੇ। ਸਤਿ ਸ਼੍ਰੀ ਅਕਾਲ। ਨਾਮ ਹੈ ਮੇਰਾ ਸੰਜੇ ਕੁਮਾਰ ਜੀ, ਅਸੀਂ ਅੰਬਾਲਾ ਸੇ ਆਏ ਹਾਂ ਜੀ। ਬਹੁਤ ਏਰੀਆ, ਬਹੁਤ ਹੀ ਮਤਲਬ ਐਟਮੋਸਫੇਅਰ, ਮਜ਼ਾ ਆ ਰਿਹਾ ਦੇਖ ਕੇ ਜੀ। ਯਹਾਂ ਪੇ ਝੀਲ ਹੈ ਇਤਨੀ ਪਿਆਰੀ, ਔਰ ਲੱਗਦਾ ਸਵਰਗ ਮੈਂ ਘੁੰਮ ਰਿਹਾ, ਬਹੁਤ ਹੀ ਸ਼ਾਨਦਾਰ ਏਰੀਆ। ਇਹ ਹਮਾਰੇ ਭਾਈ ਸਾਹਿਬ ਹਮਾਰੇ ਪਠਾਨਕੋਟ ਸੇ ਹੀ ਹੈ, ਇਹ ਆਪਣਾ ਫਗਵਾੜਾ ਸੇ ਹੈ, ਇਹ ਆਪਣਾ ਕਹਤੇ ਹੈ ਅੰਮ੍ਰਿਤਸਰ ਸੇ ਹੈ ਜੀ। ਤੋ ਹਮ ਸਾਰੇ ਇਕੱਠੇ ਘੁੰਮਣੇ ਆਏ, ਇੰਜੋਏ ਕਰਨੇ ਆਏ। ਸੈਕਿੰਡ ਟਾਈਮ ਪਹਿਲੇ ਵੀ ਆਏ ਥੇ ਨਾ, ਅਬ ਤੀਸਰੀ ਵਾਰ ਆ ਰਹੇ ਹੈ। ਮੈਂ ਚਲੋ ਗੈਸਟ ਆਏ ਹਾਂ, ਚਲੋ ਘੁਮਾ ਕੇ ਲਾਤੇ ਹੈ। ਪਠਾਨਕੋਟ ਤੋਂ ਲਿਵਿੰਗ ਇੰਡੀਆ ਦੇ ਲਈ ਗੁਰਪ੍ਰੀਤ ਸਿੰਘ ਦੀ ਰਿਪੋਰਟ।